ਪਤਾ ਚੱਲਾ ਕਿ ਇੱਥੇ ਇਹ ਇਲਾਕਾ ਸਾਰਾ ਤਬਾਹ ਹੋ ਚੁੱਕਾ। ਹੁਣ ਤੁਸੀਂ ਇਹ ਦੱਸੋ ਕੀ ਚਾਹੀਦਾ? ਜੰਗੇ ਬਣਾ ਦੇਵੇ, ਅਸਾਂ ਆਪਣੇ ਸਿਰ ਟਿਕਾਉ ਘਰੇ। ਸਾਡੀ ਟੀਮ ਜਿਹੜੀ ਹੈ ਲਾਹੌਰ ਤੋਂ ਹੈ, ਪੰਜਾਬੀ ਪ੍ਰਚਾਰ ਦੀ ਟੀਮ ਹੈ। ਅਸੀਂ ਇਸ ਤੋਂ ਪਹਿਲੇ ਤੌਂਸਾ ਸ਼ਰੀਫ ਦੇ ਵਿੱਚ ਕੰਮ ਕਰਦੇ ਰਹੇ। ਤੌਂਸਾ ਸ਼ਰੀਫ ਤੋਂ ਬਾਅਦ ਅਸੀਂ ਫਿਰ ਰਾਜਨਪੁਰ ਦੇ ਅੰਦਰ ਕੰਮ ਕੀਤਾ। ਰਾਜਨਪੁਰ ਤੋਂ ਬਾਅਦ ਸਾਨੂੰ ਇੱਥੇ ਪਤਾ ਚੱਲਾ ਕਿ ਇੱਥੇ ਇਹ ਇਲਾਕਾ ਸਾਰਾ ਤਬਾਹ ਹੋ ਚੁੱਕਾ ਹੈ, ਇੱਥੇ ਤੋਂ ਸਾਰੇ ਘਰ ਗਿਰ ਚੁੱਕੇ ਨੇ। ਅੱਜ ਅਸੀਂ ਆਏ ਤੁਹਾਡੇ ਲਈ, ਜੋ ਅਸੀਂ ਮੱਛਰਦਾਨੀਆਂ ਲਿਆ ਸਕਦੇ ਸੀ, ਪੈਸੇ ਲਿਆ ਸਕਦੇ ਸੀ, ਸਾਨੂੰ ਇਤਨਾ ਪਤਾ ਨਹੀਂ ਸੀ ਵੀ ਇੱਥੇ ਬਰਬਾਦੀ ਜ਼ਿਆਦਾ ਹੈ। ਅਸੀਂ ਹੋਰ ਤੁਹਾਡੇ ਲਈ ਕਰਾਂਗੇ, ਤੁਹਾਡੇ ਲਈ ਸੂਟ ਜਿਤਨੇ ਜ਼ਨਾਨਾ ਸੀ ਸੂਟ ਅਸੀਂ ਚੰਗੇ ਲਏ। ਇਹ ਨਹੀਂ ਕਿ ਜਿਹੜੇ ਕੋਈ ਐਵੇਂ ਬੇਕਾਰ ਜੀ ਚੀਜ਼ ਹੋਵੇ ਤੁਸੀਂ ਪਾਓਗੇ ਤੁਹਾਨੂੰ ਪਤਾ ਚੱਲੇਗਾ ਜਿਹਨਾਂ ਜਿਹਨਾਂ ਨੂੰ ਮਿਲੇ ਨੇ। ਇਸੇ ਤਰੀਕੇ ਨਾਲ ਮਰਦਾਨਾ ਸੂਟ ਜਿਹੜੇ ਹਨ ਉਹ ਅਸੀਂ ਲੈ ਕੇ ਆਇਆ। ਅਸੀਂ ਅੱਗੇ ਤੋਂ ਫਿਰ ਆਉਣਾ ਚਾਹੁੰਦੇ ਹਾਂ। ਇੱਥੇ ਬਹੁਤ ਜ਼ਿਆਦਾ ਬਰਬਾਦੀ, ਤੁਹਾਡੇ ਘਰ ਡਿੱਗ ਪਏ ਨੇ ਸਾਨੂੰ ਉਹ ਪਤਾ ਹੈ। ਹੁਣ ਤੁਸੀਂ ਇਹ ਸਾਰੀ ਬਸਤੀ ਅਸੀਂ ਦੇਖ ਚੁੱਕੇ ਹਾਂ, ਹੁਣ ਤੁਸੀਂ ਇਹ ਦੱਸੋ ਵੀ ਤੁਹਾਡੇ ਵਾਸਤੇ ਕੀ ਅਸੀਂ ਆਪਦੇ ਦੋਸਤਾਂ ਨੂੰ ਆਖੀਏ, ਕੀ ਚਾਹੀਦਾ? ਮੇਰੀ ਤਬਾਹ ਹੋ ਗਈ, ਅਸੀਂ ਦੇਖ ਚੁੱਕੇ ਹਾਂ। ਕੀ ਚਾਹੀਦਾ, ਕੀ ਹੈ ਤੁਹਾਡੇ ਵਾਸਤੇ, ਲੋਕ ਕੀ ਕਰਨ? ਉਹ ਦੱਸੋ ਸਹੀਦੇ ਵਾਸਤੇ ਲੋਕ ਇਮਦਾਦ ਕਰੇ, ਸੇ ਕੋ ਜੰਗੇ ਬਣਾ ਦੇਵੇ, ਅਸਾਂ ਆਪਣੇ ਸਿਰ ਟਿਕਾਉ ਘਰੇ ਬਾ। ਘਰ ਜਿਹੜਾ ਜੱਗੇ ਡਾਹ ਗਏ ਨੇ ਹਰ ਚੀਜ਼। ਦੇਖੋ ਜਿਹੜੇ ਪੱਕੇ ਘਰ ਇਹਨਾਂ, ਇਹ ਤੇ ਅਸੀਂ ਤੁਹਾਡੇ ਨਾਲ ਵਾਅਦਾ ਨਹੀਂ ਕਰਦੇ, ਘਰ ਬਣਾਉਣ ਤੇ ਬਹੁਤ ਜ਼ਿਆਦਾ ਪੈਸੇ ਲੱਗਦੇ ਨੇ। ਅਸੀਂ ਕੋਈ ਸਰਕਾਰੀ ਨੁਮਾਇੰਦੇ ਤੇ ਹੈ ਨਹੀਂ, ਅਸੀਂ ਤਾਂ ਸਿਰਫ ਇਹ ਹੈ ਵੀ ਤੁਸੀਂ ਸਾਡੇ ਧਰਤੀ ਦੇ ਲੋਕ ਹੋ, ਸਾਡੇ ਆਪਣੇ ਲੋਕ ਹੋ, ਸਾਡੇ ਦਰਦ ਹੈ, ਅਸੀਂ ਉੱਥੋਂ ਆਏ ਹਾਂ। ਉਹ ਚੀਜ਼ ਦੱਸੋ ਵੀ ਜਿਹੜੀ ਅੱਗੇ ਜਿਵੇਂ ਸਰਦੀਆਂ ਵੀ ਆ ਗਏ, ਸਰਦੀਆਂ ਦੇ ਵਿੱਚ ਤੁਹਾਨੂੰ ਸਿਰ ਨੂੰ ਕਾਣ ਨੂੰ ਰਾਸ਼ਨ ਚਾਹੀਦੀ ਹੈ, ਠੀਕ ਹੈ। ਬਾਕੀ ਰਾਸ਼ਨ ਦੀ ਲੋੜ ਹੈ ਤੁਹਾਡੇ ਕੋਲ? ਰਾਸ਼ਨ ਨਹੀਂ ਪਹੁੰਚਿਆ, ਹੇਕ ਲਾਵੇ ਬੱਚੇ ਦੇ ਕੱਪੜੇ ਲਾਵੇ।
ਤੁਹਾਡੇ ਕੋਲ ਬਰਤਨ ਨਹੀਂ ਹੈ ਨਾ, ਤੁਹਾਡੇ ਕੋਲ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਹੈ, ਟੈਂਟ ਦਾ ਅਸੀਂ ਕੋਸ਼ਿਸ਼ ਕਰਦੇ ਹਾਂ। ਅਸੰਗ ਨੇ ਰਾਸ਼ਨ ਵੀ ਆਈ ਹੈ, ਟੈਂਟ ਵੀ ਆਈ ਹਨ, ਸਮਾਨ ਦੇ ਗਏ ਆ, ਡਾਠਾ ਲੋਕ ਗਨਗਾ ਪੁੱਜਦੀ ਲਾ ਲੋਕ ਗਨਗਾ, ਗਰੀਬ ਲੋਕ ਤੱਕ ਨਹੀਂ ਪਹੁੰਚਾ, ਹੱਕਦਾਰ ਕੋ ਹੱਕ ਨਹੀਂ ਮਿਲਿਆ, ਯਤੀਮ ਕੋ ਨਹੀਂ ਮਿਲਿਆ, ਬੇਵਾ ਔਰਤ ਕੋ ਨਹੀਂ ਮਿਲਿਆ, ਅਸਾਂ ਨੇ ਕੋਈ ਬਰਤਨ ਕੋਈ ਨਹੀਂ, ਕੋਈ ਮੰਜਾ ਕੋਈ ਨਹੀਂ, ਅਸਾਂ ਬੱਚੇ ਹੱਥਾਂ ਦੇ ਜਲੀ ਕਣੋ ਤੱਲੇ ਚੜੰਦੂ ਨਾ ਖਾਉਂਦਨ ਸਹੀ, ਕੋਈ ਬਾਹ ਬਾਲਾ ਦੀ ਜਾਹ ਕੋਈ ਨਹੀਂ ਸਰ ਜੀ, ਅਸਾਂ ਇਵੇਂ ਕਣੂ ਪੌਣੀ ਦੇ ਵਿੱਚ ਜਾਗਦੇ ਕਣੂ ਸਾਰੇ ਘਰ ਡਾਹ ਗਏ, ਡਾਢਾ ਗਨਗਾ ਗਰੀਬ ਤੱਕ ਕੋਈ ਵੀ ਨਹੀਂ ਪਹੁੰਚੀ, ਮਰਦ ਗਨਗਾ ਖਾਲੀ ਔਰਤ ਆਈ ਉਹ ਖਾਲੀ ਰਹਿ ਗਈ, ਕੋਈ ਮਦਦ ਤੇ ਤੁਸਾਂ ਗਰੀਬਾਂ ਨੇ ਮੌਲਵੀਆਂ ਨੇ ਅਸਾਂ ਨੇ ਕਰੋ ਨਾ ਥੀਲੇ ਦਾ ਬਖਸ਼ਣੀ ਮੇਰੇ ਨਾਲ ਲਿਖੀ ਵੇਲੇ ਕੋਈ ਮਿਹਰਬਾਨੀ ਕਰਸੀ ਤੁਹਾਡੇ ਕੋਲ ਨਾ ਦੁਬਾਰਾ ਸੀ।